ਇਸ ਔਰਤ ਦੇ ਵਿਆਹ ਨੂੰ 4 ਸਾਲ ਹੋ ਗਏ ਨੇ ਅਤੇ ਇਸ ਕੋਲ ਇੱਕ ਬੇਟੀ ਵੀ ਹੈ ਅਤੇ ਇਸ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੇ ਇਲਜ਼ਾਮ ਲਗਾਏ ਨੇ ਕਿ ਉਸ ਨੂੰ ਉਸ ਦਾ ਸਹੁਰਾ ਪਰਿਵਾਰ ਘਰ ਦੇ ਅੰਦਰ ਵੜਨ ਨਹੀਂ ਦੇ ਰਿਹਾ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਦੇ ਪੇਕੇ ਪਰਿਵਾਰ ਨੇ ਵੀ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਇਹ ਔਰਤ ਆਪਣੇ ਸਹੁਰੇ ਘਰ ਆਉਣਾ ਚਾਹੁੰਦੀ ਹੈ ਤੇ ਸਹੁਰਾ ਪਰਿਵਾਰ ਇਸ ਨੂੰ ਘਰ ਦੇ ਅੰਦਰ ਵੜਨ ਨਹੀਂ ਦੇ ਰਿਹਾ ਕਿਉਂਕਿ ਔਰਤ ਦੇ ਸਹੁਰੇ ਨੇ ਇਲਜ਼ਾਮ ਲਗਾਏ ਨੇ ਕਿ ਉਸਨੇ ਆਪਣੇ ਬੇਟੇ ਅਤੇ ਨੂੰਹ ਨੂੰ ਬੇਦਖਲ ਕੀਤਾ ਹੋਇਆ ਤੇ ਉਸਦੀ ਨੂੰਹ ਪਿਛਲੇ 3 ਸਾਲ ਤੋਂ ਆਪਣੇ ਪੇਕੇ ਰਹਿ ਰਹੀ ਸੀ ਅਤੇ ਪਤੀ ਪਤਨੀ ਦੇ ਵਿਚਕਾਰ ਤਲਾਕ ਦਾ ਵੀ ਕੇਸ ਚੱਲ ਰਿਹਾ। ਇਸ ਦੇ ਬਾਵਜੂਦ ਵੀ ਉਸਦੀ ਨੂੰਹ ਹਰਜਿੰਦਰ ਕੌਰ ਉਸਦੇ ਘਰ ਅਤੇ ਮਕਾਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਹੁਣ ਪਿਛਲੇ 2-3 ਦਿਨਾਂ ਤੋਂ ਘਰ ਨੂੰ ਬਾਹਰੋਂ ਜਿੰਦਰਾ ਲਗਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕਰ ਰਹੀ ਹੈ ਅਤੇ ਉਸਦਾ ਪੁੱਤ ਜਗਦੀਸ਼ ਕੈਨੇਡਾ 'ਚ ਰਹਿੰਦਾ ਹੈ। ਦੂਜੇ ਪਾਸੇ ਨੂੰਹ ਦਾ ਕਹਿਣਾ ਹੈ ਕਿ ਉਹ ਘਰ ਵਾਪਸ ਆਉਣਾ ਚਾਹੁੰਦੀ ਹੈ ਪਰ ਸਹੁਰਾ ਪਰਿਵਾਰ ਉਸਨੂੰ ਅੰਦਰ ਵੜਨ ਨਹੀਂ ਦੇ ਰਿਹਾ। ਉਸਨੇ ਕਿਹਾ ਕਿ ਉਸਦੇ ਮਾਪਿਆਂ ਨੇ ਵੀ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਉਸਦੇ ਨਾਲ ਉਸਦੀ ਇੱਕ ਛੋਟੀ ਬੇਟੀ ਵੀ ਹੈ, ਉਹ ਆਪਣੀ ਬੇਟੀ ਨੂੰ ਕਿੱਥੇ ਲੈ ਕੇ ਜਾਵੇ। ਮਾਮਲਾ ਫਗਵਾੜਾ ਦੇ ਮੁਹੱਲਾ ਓਂਕਾਰ ਤੋਂ ਸਾਹਮਣੇ ਆਇਆ। ਫਿਲਹਾਲ ਤੁਸੀਂ ਇਸ ਖਬਰ ਨੂੰ ਵੇਖਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਕਿ ਕਿਸ ਦੀ ਗਲਤੀ ਹੈ, ਨੂੰਹ ਦੀ ਜਾਂ ਸਹੁਰਾ ਪਰਿਵਾਰ ਦੀ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਦਖਲ ਕੀਤਾ ਹੋਇਆ ਹੈਗਾ, ਕੈਨੇਡਾ ਸੀਗਾ ਤੇ ਹੁਣ ਆਇਆ ਹੋਇਆ ਸਰ। ਠੀਕ ਹੈ ਜੀ, ਉਹਨਾਂ ਦਾ ਨਾਮ ਜਗਦੀਪ ਸਿੰਘ ਆ। ਸਰ ਕੈਨੇਡਾ ਚ ਕੈਲਗਰੀ ਅਲਬਰਟਾ ਚ ਰਹਿੰਦੇ ਆ। ਮਤਲਬ ਮੇਰੀ ਕੋਈ ਸੁਣਵਾਈ ਨੀ ਹੋਈ ਸਰ 3 ਸਾਲ ਤੋਂ, ਤੇ ਮੈਂ ਦੁਖੀ ਹੋ ਕੇ ਮੇਰੇ ਪੇਰੈਂਟਸ ਨੇ ਵੀ ਮਾਪਿਆਂ ਨੇ ਵੀ ਕੱਢ ਦਿੱਤਾ ਘਰ ਤੋਂ, ਕਹਿੰਦੇ ਜਿੱਥੇ ਮਰਜ਼ੀ ਰਹਿ ਸੀ, ਨਹੀਂ ਤੇਰੀ ਕੋਈ ਹਸਪਤਾਲ ਸਰ, ਤੈਨੂੰ ਵਿਆਹ ਦਿੱਤਾ ਆ ਤੇ ਸਰ ਹੁਣ ਇਹ ਦਰਵਾਜ਼ਾ ਨਹੀਂ ਖੋਲ ਰਿਹਾ ਹੈਗਾ, ਮੈਂ ਅੰਦਰ ਜਾਣਾ ਚਾਹੁੰਦੀ। ਕਿੰਨੀ ਦੇਰ ਤੋਂ ਤੁਸੀਂ ਬੈਠੇ ਤੇ? ਸਰ ਮੈਂ ਕੱਲ੍ਹ ਸਵੇਰ ਤੋਂ ਬੈਠੀ ਹਾਂ। ਤੇ ਉਹਨਾਂ ਦਾ ਕੀ ਕਹਿਣਾ ਵਾ? ਸਰ ਉਹ ਕਹਿੰਦੇ ਅਸੀਂ ਤੈਨੂੰ ਅੰਦਰ ਨਹੀਂ ਵੜਨ ਦੇਣਾ, ਤੂੰ ਵਾਪਸ ਚਲੀ ਜਾ। ਕੀ ਨਾਂ ਉਹਨਾਂ ਦਾ? ਮੇਰੀ ਨਾਨਕ ਹੈਗੀ ਆ ਜਸਵੀਰ ਕੌਰ ਪੈਂਕੀ, ਤੇ ਉਹਦਾ ਹਸਬੈਂਡ ਜਿਹੜਾ ਪ੍ਰਭਜੋਤ ਉਹ ਅੰਦਰ ਰਹਿ ਰਿਹਾ ਹੈਗਾ, ਸਹੁਰਾ ਆ ਹਰਮੇਲ ਸਿੰਘ ਉਹ ਵੀ ਅੰਦਰ ਹੀ ਹੈ। ਸੱਸ ਵਗੈਰਾ? ਸੱਸ ਸਰ ਉਹ ਮਰ ਗਈ ਆ, ਨਾ ਹੀ ਸੀ ਪਾਸੋਂ ਸੰਸਕਾਰ ਤੇ, ਪਰ ਮਤਲਬ ਮੈਨੂੰ ਨਾ ਘਰ ਤੋਂ ਕੱਢਿਆ ਹੋਇਆ ਸਰ। ਕੀ ਮੰਗੀ ਕੋਈ ਪ੍ਰਸ਼ਾਸਨ ਕੀ ਮੰਗ ਰਹੇ ਹੋ? ਹਾਂਜੀ ਸਰ, ਇਹ ਕਿ ਮੈਂ ਆਪਣੇ ਘਰ ਵਸਣਾ ਚਾਹੁੰਦੀ, ਮਤਲਬ ਅੰਦਰ ਜਾਣਾ ਚਾਹੁੰਦੀ। ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਕੰਪਲੇਂਟ ਕੀਤੀ? ਸਰ ਬਹੁਤ ਕੀਤੀ, ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਹੁਣ ਤੱਕ, ਮੈਂ ਦੁਖੀ ਹੋ ਕੇ ਅੱਖ ਹਾਰ ਕੇ ਹੁਣ ਮੈਂ ਇੱਥੇ ਬੈਠੀ ਹਾਂ। ਤੁਹਾਡੀ ਮੈਰਿਜ ਨੂੰ ਕਿੰਨੀ ਦੇਰ ਹੋ ਗਈ? ਸਰ 4 ਸਾਲ ਹੋ ਗਿਆ। ਕਿੰਨੇ ਬੱਚੇ ਆ? ਸਰ ਇੱਕ ਬੇਟੀ ਹੈ। ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਸਰ, ਮੇਰੇ ਮਾਪਿਆਂ ਨੇ ਮੈਨੂੰ ਕੱਢ ਦਿੱਤਾ, ਕਹਿੰਦੇ ਤੇਰਾ ਵਿਆਹ ਹੋ ਜਿੱਥੇ ਮਰਜ਼ੀ ਜਾ ਤੂੰ, ਪਰ ਮੈਂ ਕਿੱਥੇ ਜਾਵਾਂ? ਮੇਰੇ ਤੁਹਾਡੇ ਪੇਕੇ ਕਿੱਥੇ ਦੇ? ਪੇਕੇ ਸਰ ਨਮਸ਼ਨ ਮੈਂ ਮੁੱਕ। ਮੇਰਾ ਨਾਮ ਅਰਮੇਲ ਸਿੰਘ। ਹਾਂਜੀ ਸਰ, ਮਾਮਲਾ ਕੀ ਹੈ ਜਿਹੜਾ? ਮਾਮਲਾ ਆਇਆ ਜੀ, ਸਾਡੀ ਨੋਹ ਆ। ਹਾਂਜੀ ਸਾਨੂੰ ਕਰੀ ਤੰਗ, ਡਿਵੋਰਸ ਦਾ ਕੇਸ ਆਇਆ ਸੀ ਕਚਹਿਰੀ 'ਚ, 3 ਦਿਨ ਹੋ ਗਿਆ ਸਾਨੂੰ ਇਹਨੇ ਔਖਾ ਕੀਤਾ ਆ। ਹਾਂਜੀ ਮੇਰੀ ਵਾਈਫ ਇਹਦੇ ਦੁੱਖੋਂ ਮਰ ਗਈ, ਮਰ ਗਈ। ਉਹ ਬੇਟਾ ਬਾਹਰੋਂ ਆਇਆ ਸੀ, ਉਹ ਦੇ ਕੇ ਸੰਸਕਾਰ ਕਰਕੇ ਨੱਠ ਗਿਆ, ਇਹ ਦੁਹਾਈ ਪਾਉਂਦੀ ਆ। ਹਾਂਜੀ ਬੇਟੇ ਦਾ ਨਾਮ ਕੀ ਹੈ ਤੁਹਾਡੇ? ਜਗਦੀਸ਼ ਜੀ। ਬੇਟੇ ਦਾ ਨਾਮ ਕੀ? ਨਾਮ ਕੀ ਆ ਬੇਟੇ? ਜਗਦੀਸ਼। ਹਾਂਜੀ ਇਹ ਦੁਹਾਈ ਪਾਉਂਦੀ ਆ ਵੀ ਮੈਂ ਉਹ ਮੈਨੂੰ ਦੇਖੋ ਡਿਵੋਰਸ ਲੈ, ਉਹਦੇ ਕਚਹਿਰੀ 'ਚ ਡਿਵੋਰਸ ਲਗਾਇਆ, ਇਹਦਾ ਕੇਸ ਲਗਾਇਆ 3 ਤਰੀਕ ਆ। ਹਾਂਜੀ 3 ਤੇ ਆ ਹੁਣ ਜੰਦਾ ਹੁਣ ਖੁੱਲ੍ਹ ਕੇ ਗਈ ਹੈ, ਜੰਦਾ ਲਾਤਾ ਇਹਨੇ ਬਾਹਰੋਂ ਸਾਡਾ। ਹਾਂਜੀ
PCR ਵੀ ਜਾਂ ਮੋਹਰੇ ਬੈਠੀ ਦੁਕਾਨ 'ਤੇ। ਤੀਜੀ ਪ੍ਰੋਪਰਟੀ ਮੇਰੀ ਆ, ਮੈਂ ਇਹਨਾਂ ਨੂੰ ਬਦਖਲ ਕੀਤਾ, ਇਹ ਹੈਗਾ ਅਸੂਲ ਪਿਆ ਮੇਰੀ ਪ੍ਰੋਪਰਟੀ 'ਤੇ ਇਹ ਕਰੇ ਤਾਂ। ਤੁਸੀਂ ਦੋਨਾਂ ਨੂੰ ਬਦਖਲ ਕੀਤਾ ਜਾਂ? ਦੋਨਾਂ ਨੂੰ, ਬਾਕੀ ਇਹ ਆ ਵੀ ਕਹਿੰਦੀ ਮੈਂ ਤੇਰੀ ਬਾਹਰ ਆ ਜਾ, ਮੇਰੀ ਬੇਟੀ ਨੂੰ ਵੀ ਇੱਦਾਂ ਬੋਲਦੀ ਆ, ਤੁਸੀਂ ਆਓ ਤੁਸੀਂ ਬਾਹਰ। ਇਹ ਕਿੰਨੀ ਦੇਰ ਤੋਂ ਇਹ ਬਾਹਰ ਬੈਠੇ ਆ? ਅਸੀਂ ਕੱਲ੍ਹ ਮਸੀਂ ਸੰਸਕਾਰ ਦੇ ਚੜੇ ਆਸਤੇ ਲੈ ਕੇ ਮਸੀਂ ਗਏ ਹਾਂ, ਸਾਡੀ ਕਿੰਨੇ ਚਿਰ ਰੱਖੀ ਗਈ ਆ। ਇਹ ਪਹਿਲਾਂ ਕਿੱਥੇ ਰਹਿੰਦੇ ਸੀ ਤੁਹਾਡੀ ਨੂੰਹ ਜੀ? ਆਪਣੀ ਕੋਈ ਮੌਤ ਵਾਰ ਵਗੈਰਾ ਨਾਲ ਗੱਲਬਾਤ ਹੋਈ ਹੋਵੇ ਕੋਈ? ਮੌਤ ਵਾਰ ਨਾ MC ਨਾਲ ਗੱਲ ਹੋਈ ਆ। ਹਾਂਜੀ, MC ਸਾਹਿਬ ਨੂੰ ਸਾਰੀ ਹਕੀਕਤ ਦਾ ਪਤਾ। ਹਾਂਜੀ, ਜਦੋਂ ਆਏ ਆ, ਹੁਣ ਵੀ ਅਸੀਂ 20 ਜਗ੍ਹਾ ਇਹਨੇ ਕੰਪਲੇਨ ਕੀਤੀ ਆ ਸਾਡੀ, NRE ਦੀ, SSP ਕਪੂਰਥਲਾ, SSP ਨਵਾਂਸ਼ਹਿਰ, ਸਾਰੇ ਪਾਸੇ ਕੰਪਲੇਨਾਂ ਕੀਤੀਆਂ, ਸਾਰੀਆਂ RTIਆਂ ਮੇਰੇ ਕੋਲ ਆਈਆਂ। ਹੁਣ ਇਹਨਾਂ ਕੋਲ ਪਤਾ ਨਹੀਂ ਕੀ ਪ੍ਰੋਗਰਾਮ ਇਹਨੇ ਰੱਖੀ ਹੋਈ, ਕੀ ਚਾਹੁੰਦੀ ਆ ਸਾਡੇ ਬੰਦੀਆਂ ਬੁੜੀਆਂ ਨੇ ਵਿਚਾਰੇ ਰਾਤ। ਬੇਟੇ ਨਾਲ ਗੱਲ ਹੋਈ, ਉਹਨਾਂ ਬਾਰੇ ਕੀ ਗੱਲਬਾਤ ਹੋਈ ਆ? ਦਾਜੀ ਤੁਹਾਡੇ ਬੇਟੇ ਨਾਲ ਉਹਦਾ ਡਿਵੋਰਸ ਦਾ ਕੇਸ ਲਾਇਆ ਇਹਦੇ, ਮੇਰੇ ਨਾਲ ਕੀ ਹੋਣੀ ਗੱਲ ਹੋਈ ਜਦ ਮੈਂ ਉਹਨੂੰ ਲਾਇਆ ਬੇਦਖਲ ਕੀਤਾ ਆ। ਤੁਹਾਡਾ ਬੇਟਾ ਕਿੱਥੇ ਰਹਿਣ ਵਾਲਾ? ਕੈਨੇਡਾ ਆ ਉਹ। ਅਤੇ ਆਏ ਹੋਏ ਇੱਥੇ? ਆਏ ਸੀ, ਮਾਂ ਮਰ ਗਈ, ਮਾਂ ਤਾਂ ਮੇਰੇ 'ਚ ਆ ਸਕਦਾ ਨਾ, ਆ ਸਕਦਾ, ਵਕੀਲ ਸਾਹਿਬ ਕਹਿੰਦੇ ਆਵੇ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਰਜਨੀ ਬਾਲਾ ਵੀ ਕਹਿੰਦੀ ਆ ਸਕਦਾ, ਜਿਹੜੇ ਤੁਹਾਡਾ ਕੇਸ ਚੱਲਦਾ ਤੁਸੀਂ ਇਹਨੂੰ ਬਦਖਲ ਕੀਤਾ ਦੋਨਾਂ ਜਿਹੜੇ ਉਹਨੂੰ, ਤਾਂ ਆ ਸਕਦੀ ਹੈ? ਰਜਨੀ ਬਾਲਾ ਨੇ ਵੀ ਕਿਹਾ, ਸਾਡੇ ਵਕੀਲ ਗਗਨ ਜੀ ਨੇ ਵੀ ਕਿਹਾ ਆ ਸਕਦੀ ਆ। ਤੁਹਾਡੇ ਘਰ ਵਾਲੇ ਡੈਥ ਹੋਈ ਆ? ਹਾਂਜੀ, ਠੀਕ ਆ ਜੀ। ਇਹਨਾਂ ਨੇ ਹੁਣ ਆਈ ਅਫਸੋਸ ਕਰਨ ਵਾਸਤੇ, ਉਹ ਮਤਲਬ ਅਫਸੋਸ ਕਰਨ ਵਾਸਤੇ ਨਹੀਂ ਆਈ? ਹਾਂਜੀ, ਅਫਸੋਸ ਕਰਨੀ ਕਿਹਦਾ, ਕਬਜ਼ਾ ਕਰਨ ਆਈ ਆ, ਜੰਦਾ ਲਾਤਾ ਬਾਹਰੋਂ ਇਹਨੇ। ਤੁਸੀਂ ਕਹਿੰਦੇ ਕਬਜ਼ਾ ਕਰਨਾ ਹੀ, ਅੱਗੇ 3 ਸਾਲ ਤੋਂ ਕਹਿੰਦੇ ਕਬਜ਼ਾ ਨਹੀਂ ਕੀਤਾ ਉਹਨੇ, ਹੁਣ ਕਬਜ਼ਾ ਕਰਨਾ ਆ? ਪਹਿਲਾਂ ਵੀ ਉੱਥੇ MC ਨੂੰ ਪਤਾ ਆ, ਪਹਿਲਾਂ ਵੀ ਆਇਆ ਸੀ ਮੈਂ ਜੀ, ਪਹਿਲੇ ਵੀ ਆਏ ਸੀ ਕਬਜ਼ਾ ਕਰਨ, ਉਦੋਂ ਵੀ PCR ਨੂੰ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਤੁਸੀਂ ਇਸ ਮਾਮਲੇ ਨੂੰ ਲੈ ਕੇ? ਹੈ, ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ, ਪ੍ਰਸ਼ਾਸਨ ਤੇ ਕੀ ਕੱਲ੍ਹ ਆਪਾਂ ਕਰੀ ਜਾਂਦਾ? ਹਾਂਜੀ, PCR ਵਾਲਿਆਂ ਨੂੰ ਕਰੀ ਜਾਂਦਾ, ਆਈ ਹੈ ਪੁਲਿਸ ਆਈ ਮੌਕੇ, PCR ਵਾਲੇ ਆਉਂਦੇ ਆ, ਉਹ ਕਹਿੰਦੇ 3 ਵਜੇ ਆਏ ਆ।